ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਆਓ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ 605 ਦੀ ਅਤੇ ਕੁਝ ਗੱਲਾਂ ਕਰਾਂਗੇ ਥੋੜ੍ਹੀ ਜਿਹੀ ਨੌਲੇਜ ਵਾਲੀਆਂ। ਜਿਸ ਤਰੀਕੇ ਨਾਲ ਇਹ ਟਰੈਕਟਰ ਖੜ੍ਹਾ ਆਪਣੇ ਕੋਲ, ਪੁੱਛਦੇ ਵੀਰ ਜੀ ਉਹਨਾਂ ਨੂੰ ਕਿਹੜਾ ਮਾਡਲ ਆ, 605 ਆ, ਕਿੰਨੇ ਘੰਟੇ ਚੱਲਿਆ ਵਾ ਅਤੇ ਕਿਉਂ ਲੋੜ ਪਈ ਟਰਬੋ ਵਿਦ ਮੋਡੀਫਿਕੇਸ਼ਨ ਦੀ। ਔਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹਦੀ ਮੋਡੀਫਿਕੇਸ਼ਨ ਬਾਰੇ। ਕੁਝ ਨਵੇਂ ਸਵਾਲ, ਕੁਝ ਨਵੀਆਂ ਵੀਡੀਓ ਆ ਰਹੀਆਂ ਵਾ ਟਰਬੋ ਦੇ ਉੱਤੇ, ਵੀ ਟਰਬੋ ਇੱਦਾਂ ਉੱਦਾਂ ਇੱਦਾਂ, ਹੈ ਨਾ, ਲੱਲੇ ਭੱਬੇ ਕਈ ਚੱਲ ਰਹੇ ਆ। ਉਹਦੇ ਵਾਸਤੇ ਇੱਕ ਇਹ ਨੌਲੇਜ ਦੀ ਗੱਲ ਇਹ ਆ ਕਿ ਜਿਹੜਾ ਮਹਿੰਦਰਾ 605 ਆ, 2013 ਮਾਡਲ ਤੋਂ ਬਾਅਦ 'ਚ ਆਇਆ, 12 ਮਾਡਲ ਤੋਂ ਬਾਅਦ 'ਚ ਆਇਆ, ਉਹਦੇ ਟਰਬੋ ਟਰੈਕਟਰ ਦੇ ਅਤੇ ਦੂਜੇ ਪਿਸਟਨ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਯਾਨੀ ਸਿੰਪਲ ਅਤੇ ਟਰਬੋ ਟਰੈਕਟਰ ਦੇ ਵਿੱਚ ਪਿਸਟਨ 'ਚ ਕੋਈ ਫਰਕ ਨਹੀਂ ਹੈਗਾ, ਠੀਕ ਆ ਜੀ। ਕਿਉਂਕਿ ਇਹ ਟਰੈਕਟਰ ਨੂੰ ਪਿਸਟਨ ਜਿਹੜਾ ਆਉਂਦਾ ਵਾ 96 mm ਆਉਂਦਾ ਵਾ, ਇਸ ਤੋਂ ਜਿਹੜਾ ਪਹਿਲਾ ਮਾਡਲ ਆ ਉਹਨੂੰ 94 mm ਆਉਂਦਾ ਵਾ, ਠੀਕ ਆ। ਔਰ ਟਰੈਕਟਰ ਦਾ ਰੇਡੀਏਟਰ ਵੀ ਵੱਡਾ ਹੁੰਦਾ ਇਹਦਾ, ਇਹ ਟਰੈਕਟਰ ਹੀਟ ਨਹੀਂ ਫੜੇਗਾ। ਇਸ ਤੋਂ ਅਗਰ ਡਾਊਨ ਮਾਡਲ ਨੂੰ ਲਾਵਾਂਗੇ ਉਹਦਾ ਰੇਡੀਏਟਰ ਆਪਾਂ ਨੂੰ ਚੇਂਜ ਕਰਨਾ ਪਊਗਾ। ਅਗਰ ਆਪਾਂ ਰੇਡੀਏਟਰ ਚੇਂਜ ਨਹੀਂ ਕਰਦੇ ਆਪਣਾ ਟਰੈਕਟਰ ਥੋੜ੍ਹਾ ਹੀਟ ਲਵੇਗਾ, ਠੀਕ ਆ। ਔਰ ਪੁੱਛਦੇ ਵੀਰ ਜੀ ਉਹਨਾਂ ਨੂੰ ਵੀ ਕਿਹੜਾ ਮਾਡਲ ਟਰੈਕਟਰ ਆ, ਕਿੰਨੇ ਘੰਟੇ ਚੱਲਿਆ ਵਾ, ਠੀਕ ਆ, ਅਤੇ ਕਿਉਂ ਲੋੜ ਪਈ ਆ ਟਰਬੋ ਵਿਦ ਮੋਡੀਫਿਕੇਸ਼ਨ ਦੀ। ਇਸ ਟਰੈਕਟਰ ਦੀ ਪਹਿਲਾਂ ਵੀਡੀਓ ਬਣੀ ਹੋਈ ਆ ਸਿੰਪਲ ਦੀ, ਕੰਪਨੀ ਫਿਟਡ ਦੀ, ਬਿਲਕੁਲ ਪਾਵਰ ਪੂਰੀ ਹੀ ਜਿੰਨੀ ਕੰਪਨੀ ਵੱਲੋਂ ਆਉਂਦੀ ਆ। ਪਰ ਟਰੈਕਟਰ ਕਿੱਦਾਂ ਦੀ ਪਰਫੋਰਮ ਕਰ ਰਿਹਾ ਉਹ ਵੀ ਵੀਡੀਓ 'ਚ ਵੇਖਣ ਨੂੰ ਮਿਲੂਗੀ। ਵਗੇ ਖੇਚੇ ਦੀ ਟਰਾਈ ਲਈ ਟਰੈਕਟਰ ਦੀ ਉੱਦਣ ਵੀ, ਅੱਜ ਵੇਖਾਂਗੇ ਕਿੰਨੀ ਕੁ ਟਾਇਰਾਂ ਦੀ ਸਲਿਪਿੰਗ ਆ ਔਰ ਕਿੰਨੇ RPM ਡਰੋਪ ਕਰਦਾ ਵੀਰ ਜੀ ਉਹਨਾਂ ਨੂੰ ਪੁੱਛਾਂਗੇ। ਔਰ ਦੂਸਰੀ ਗੱਲ, ਇਹ ਵੀਰ ਜੀ ਹੁਣੇ ਆਏ ਸਾਡੇ ਕੋਲ ਯੂਪੀ ਤੋਂ, ਇਹਨਾਂ ਦਾ ਵੈਲਕਮ ਜੀ ਆਇਆਂ ਨੂੰ, ਬਹੁਤ ਬਹੁਤ ਧੰਨਵਾਦ। ਪਰ ਹਜੇ ਸਾਰੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ, ਅੱਜ ਦੀ ਜਿਹੜੀ ਤਰੀਕ ਆ 26-27 ਯਾਨੀ ਜਨਵਰੀ ਆ, 27 ਜਾਂ 28 ਜਨਵਰੀ ਅੱਜ ਸ਼ਾਇਦ, ਇਸ ਕਰਕੇ ਜੇ ਕੋਈ ਵੀ ਕਿਸਾਨ ਭਰਾ ਆਪਣੀ ਬੁਕਿੰਗ ਕਰਾਉਣ ਦੀ ਕਸ਼ਟ ਨਾ ਕਰੇ, ਕਿਉਂਕਿ ਆਪਾਂ ਉਹਨਾਂ ਦਾ ਵਰਕ ਹਜੇ ਨਹੀਂ ਕਰ ਸਕਦੇ, ਇਸ ਸੀਜ਼ਨ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ, ਇਸ ਚੀਜ਼ ਦੀ ਆਪਾਂ ਸੋਰੀ ਫੀਲ ਕਰਦੇ ਹਾਂ, ਠੀਕ ਆ। ਔਰ ਗੱਲ ਕਰਨ ਲੱਗੇ ਆਪਾਂ 605 ਦੀ, ਫਿਟਿੰਗ ਚੈੱਕ ਕਰਾਉਣੀ ਤੁਹਾਨੂੰ ਕਿੱਦਾਂ ਦੀ ਆ, ਔਰ ਗੱਲ ਕਰਾਉਣੀ ਵੀਰ ਜੀ ਉਹਨਾਂ ਨਾਲ, ਠੀਕ ਆ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਲਈ ਵੈਲਕਮ ਜੀ ਆਇਆਂ ਨੂੰ, ਬਹੁਤ ਬਹੁਤ ਧੰਨਵਾਦ। ਕਿਉਂਕਿ ਇਹ ਵੀਰ ਜੀ ਉਹਨਾਂ ਦੀ ਵੀ 8ਵੇਂ ਮਹੀਨੇ ਦੀ ਬੁਕਿੰਗ ਹੋਈ ਸੀ ਟਰੈਕਟਰ ਦੀ, ਪਹਿਲਾਂ ਇਹਨਾਂ ਦਾ ਟਰੈਕਟਰ 60-55, ਉਸ ਤੋਂ ਬਾਅਦ 'ਚ ਕਰਕੇ ਕਲਾਇਆ ਵਾ 50-50 ਡੀਜ਼ਲ ਜੌਂਡੀਅਰ, ਉਹਦੇ ਬਾਰੇ ਵੀ ਪੁੱਛਾਂਗੇ ਵੀਰ ਜੀ ਉਹਨਾਂ ਨੂੰ ਕਿੱਦਾਂ ਦਾ ਚੱਲਦਾ ਵਾ, ਡੀਜ਼ਲ ਖਰਚਾ ਵਧੀਆ ਘਟਿਆ ਜਾਂ ਪਾਵਰ ਕਿੱਦਾਂ ਦੀ, ਉਹਦੀ ਵੀ ਗੱਲ ਕਰਦੇ ਹਾਂ। ਪਰ ਪਹਿਲਾਂ ਗੱਲ ਕਰਾਂਗੇ ਆਪਾਂ 605 ਦੀ। ਸਭ ਤੋਂ ਪਹਿਲਾਂ ਭਰਾ ਦਾ ਸ਼ੁਭ ਨਾਮ? ਸ਼ੁਭ ਨਾਮ ਯਾਦਵਿੰਦਰ ਸਿੰਘ ਜੀ। ਯਾਦਵਿੰਦਰ ਸਿੰਘ, ਪਿੰਡ ਭਰਾ ਦਾ? ਪਿੰਡ ਭੈਣੀ ਸਾਹਿਬ। ਪਿੰਡ ਭੈਣੀ ਸਾਹਿਬ, ਮਾਸੀਵਾੜਾ ਏਰੀਆ? ਜ਼ਿਲ੍ਹਾ ਲੁਧਿਆਣਾ। ਅੱਛਾ, ਜ਼ਿਲ੍ਹਾ ਲੁਧਿਆਣਾ, ਤਹਿਸੀਲ? ਲੁਧਿਆਣਾ। ਅਤੇ ਕਿਹੜਾ ਮਾਡਲ ਟਰੈਕਟਰ ਭਰਾ ਦਾ? 2020 ਮਾਡਲ ਆ ਜੀ। 2020 ਮਾਡਲ ਆ, ਕਿੰਨੇ ਘੰਟੇ ਚੱਲਿਆ ਟਰੈਕਟਰ? 800 ਘੰਟਾ ਚੱਲਿਆ ਵਾ। ਕੀ ਲੋੜ ਪੈ ਗਈ ਭਰਾ ਨੂੰ ਟਰਬੋ ਵਿਦ ਮੋਡੀਫਿਕੇਸ਼ਨ ਦੀ? ਕਾਰਨ? ਚੱਕਰ ਤੋੜਦਾ ਸੀ। ਕਿੰਨੇ ਚੱਕਰ? ਉਦੋਂ ਚਲਾਇਆ ਗੁੰਮੇ ਹੋ ਜਾਂਦਾ ਸੀ, ਬੰਦ ਹੋ ਜਾਂਦਾ ਸੀ ਪਹਿਲੇ ਜੀ, ਸਿਰਿਆਂ ਬਹੁਤ ਚੱਕਰ ਤੋੜਦਾ ਸੀ, ਹਲਾ ਮੋੜਦੇ। ਅੱਛਾ ਜੀ, ਇਹਨਾਂ ਹਲਾਂ 'ਤੇ ਚੱਕ ਕੀਤਾ ਉਦਣ ਵੀ? ਇਹਨਾਂ ਦੀ, ਠੀਕ ਆ। ਅਤੇ ਅੱਜ? ਅੱਜ ਤਾਂ ਜਮਾਂ ਵੀ ਚੱਕਰ ਤੋੜ, ਮਾੜੇ 50 ਕੁ ਤੋੜਦਾ ਮਸ਼ੀਨ। ਅੱਛਾ, 50 ਕੁ ਚੱਕਰ ਤੋੜਦਾ ਅੱਜ। ਫੁੱਲ ਲੋਡ 'ਤੇ ਦੋਵੇਂ ਲੀਵਰ ਸੁੱਟ ਗਏ? ਫੁੱਲ ਸਲਿੱਪਾਂ 'ਤੇ ਇਹਦੀ ਵੀਡੀਓ ਵੇਖਣ ਨੂੰ ਮਿਲੂਗੀ ਤੁਹਾਨੂੰ। ਐਂਡ 'ਤੇ ਵੀਡੀਓ ਲਾਵਾਂਗੇ ਕੰਪਨੀ ਫਿਟਰ ਦੀ। ਹਰ ਵਾਰ ਦੀ ਤਰ੍ਹਾਂ ਟਰੈਕਟਰ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ, ਸਿਰਫ ਆਪਾਂ ਨੂੰ ਪਾਵਰ ਵੱਧ ਦੀ ਲੋੜ ਹੀ ਜਿਹੜੀ ਉਹ ਵੀਡੀਓ 'ਚ ਵੇਖਣ ਨੂੰ ਮਿਲੂਗੀ। ਅਤੇ ਦੂਸਰੀ ਗੱਲ, ਹਾਂਜੀ ਸਰ, ਆਪਣਾ ਨਾਮ? ਸ਼ੁਭ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਦਾ ਟਰੈਕਟਰ ਕਰਕੇ ਘਲਾਇਆ 50-50D, ਕਿਹੜਾ ਮਾਡਲ ਟਰੈਕਟਰ ਸੀ ਭਲਾਓ? ਟਰੈਕਟਰ ਸੀਗੇ 14 ਮਾਡਲ। 14 ਮਾਡਲ, ਕਿੰਨੇ ਘੰਟੇ ਚਲਾਤਾ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਸਾਡੇ ਕੋਲ? ਆਪਾਂ ਚਲਾਤਾ ਜੀ 150 ਘੰਟਾ ਚਲਾਇਆ। ਅੱਛਾ, 150 ਘੰਟਾ ਚਲਾਇਆ ਜੀ। ਅਤੇ ਕਿੰਨੇ ਖੇਤ ਵਾਹੇ ਆ? ਮਤਲਬ ਇੱਕ ਸੀਜ਼ਨ ਲਾਇਆ ਆਪਾਂ, ਕਣਕ ਦਾ ਲਾਇਆ, ਕਾਹਤੇ ਵੀ ਚਲਾਇਆ ਟਰੈਕਟਰ ਜ਼ਿਆਦਾ? ਸੁਪਰ ਸੀਡਰ। ਕਿੰਨੇ ਫੁੱਟਾ? 7 ਫੁੱਟ ਸੁਪਰ ਸੀਡਰ ਸੀ, 2 ਸਪੀਡ ਟਰੈਕਟਰ ਸੀ। ਅੱਛਾ, 2 ਸਪੀਡ ਟਰੈਕਟਰ, 7 ਫੁੱਟਾ ਸੁਪਰ ਸੀਡਰ ਆ। ਅਤੇ ਅੱਗੇ ਨੂੰ ਤੁਹਾਨੂੰ ਪਾਵਰ ਦਾ ਕਿੰਨਾ ਕੁ ਫਰਕ ਲੱਗਦਾ?
ਪਾਵਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਅੱਛਾ ਪਾਵਰ ਦਾ ਜ਼ਮੀਨ ਅਸਮਾਨ ਦਾ ਫਰਕ। ਪਹਿਲਾਂ ਤਾਂ ਮੰਨ ਲਓ ਵੀ ਰੂਟਾਵੇਟਰ ਤੇ 600-700 ਚੱਕਰ ਤੋੜ ਜਾਂਦਾ ਸੀ ਟਰੈਕਟਰ। ਅੱਛਾ ਤੇ ਹੁਣ ਸੁਪਰ ਹੀਟਰ ਤੇ ਮੰਨ ਲਓ ਵੀ 50-70 RPM ਡਰਾਈਵ ਕਰਦਾ। ਅੱਛਾ ਜੀ, ਪਹਿਲਾਂ ਨਾਲੋਂ ਤਾਂ ਬਹੁਤ ਫਰਕ ਹੈ। ਤੇ ਡੀਜ਼ਲ ਖਰਚਾ ਵਧਿਆ ਕਿ ਘਟਿਆ? ਡੀਜ਼ਲ ਖਰਚਾ ਜਾਣੀ ਉਨਾ ਹੀ ਲੱਗਦਾ, ਡੀਜ਼ਲ ਜਾਣੀ ਪਾਵਰ ਦਾ ਫਰਕ ਪੈ ਗਿਆ ਹੈਗਾ। ਅੱਛਾ ਡੀਜ਼ਲ ਖਰਚਾ ਉਨਾ ਹੀ ਹੈ, ਵਧਿਆ ਨਹੀਂ ਹੈਗਾ? ਕੰਮ ਦਾ ਵੀ ਬਹੁਤ ਫਰਕ ਪੈ ਗਿਆ। ਅੱਛਾ ਕੰਮ ਦਾ ਬਹੁਤ ਫਰਕ ਪੈ ਗਿਆ, ਠੀਕ ਆ। ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਦੇ ਫਾਦਰ ਸਾਹਿਬ ਆ, ਇਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਸਰ ਜੀ, ਆਪਣਾ ਨਾਮ? ਸ਼ੁਭ। ਅਮਰਜੀਤ ਸਿੰਘ। ਅਮਰਜੀਤ ਸਿੰਘ ਜੀ, ਕਿੰਨਾ ਕੁ ਫਰਕ ਲੱਗਦਾ ਟਰੈਕਟਰ 'ਚ? ਟਰੈਕਟਰ ਦਾ ਬਹੁਤ ਫਰਕ ਹੈ, ਜ਼ਮੀਨ ਸਮਾਨ ਦਾ ਹੀ ਫਰਕ। ਅੱਛਾ ਜ਼ਮੀਨ ਸਮਾਨ ਦਾ ਹੀ ਫਰਕ ਆ, ਰਿਐਲਿਟੀ ਫਰਕ ਆ। ਬਾਕੀ ਇਹਨਾਂ ਦੇ ਬ੍ਰਦਰ ਆਏ ਸਾਰੇ, ਅਤੇ ਇਹ ਵੀ ਟਰੈਕਟਰ ਵੇਂਦੇ ਭਰਾ ਚੱਲਦਾ। ਅਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਟਰੈਕਟਰ ਚੱਲਦਾ? ਵਧੀਆ ਲੱਗਾ ਜੀ ਬਾਈ। ਵਧੀਆ ਲੱਗਾ, ਪੂਰਾ ਜ਼ੋਰ। ਬਾਕੀ ਵੀਡੀਓ 'ਚ ਵੇਖਦੇ ਹਾਂ ਕਿੰਨੀ ਕੁ ਪਰਫਾਰਮ ਵਿਖਾਲਦਾ। ਪਹਿਲੇ ਹਾਈ 'ਚ ਵੀ ਵਿਖਾਲਦੇ ਹਾਂ, ਚੌਥੇ ਲੋਅ 'ਚ ਅਤੇ ਦੂਜੇ ਹਾਈ 'ਚ, ਠੀਕ ਆ ਜੀ। ਬਾਕੀ ਫਿਟਿੰਗ ਹਰ ਵਾਰ ਦੀ ਤਰ੍ਹਾਂ ਵੇਖਣ ਦੀ ਲੋੜ ਨਹੀਂ, ਬਿਲਕੁਲ ਓਰੀਜਨਲ ਫਿਟਿੰਗ। ਤੁਹਾਨੂੰ ਲੱਗਦਾ ਕਿ ਟਰਬੋ ਦੁਬਾਰਾ ਲੱਗੀ ਆ? ਨਹੀਂ ਲੱਗਦਾ, ਕੋਈ ਵੱਡ ਟੁੱਕ ਨਹੀਂ, ਇਹੋ ਜਿਹੇ ਪਿਆ। ਕੋਈ EGR ਦਾ ਕਨੈਕਸ਼ਨ ਨਹੀਂ ਆਪਾਂ ਕੱਟਿਆ ਇਹਦਾ। ਮਾੜੀ ਜੀ ਫਿਟਿੰਗ ਚੈੱਕ ਕਰਾਓ ਇੱਕ ਵਾਰੀ, ਲਿਆਓ ਕੀਤਾ ਜੀ। ਵੇਖ ਸਕਦੇ ਹਾਂ ਕੋਈ EGR ਨਹੀਂ ਉਤਾਰਿਆ ਗਿਆ, ਨਾ EGR ਦਾ ਕੋਈ ਕਨੈਕਸ਼ਨ ਕੱਟਿਆ ਵਾ, ਨਾ ਉਤਾਰਿਆ ਗਿਆ ਵਾ। ਫਿਟਿੰਗ ਆਪਾਂ ਵੇਖ ਸਕਦੇ ਹਾਂ, ਟਰੈਕਟਰ ਨੂੰ ਵੈਲਡਿੰਗ ਤੱਕ ਨਹੀਂ ਟੱਚ ਕੀਤਾ ਕਿਤੇ ਵੀ ਆਪਾਂ, ਠੀਕ ਆ ਜੀ। ਬਿਲਕੁਲ ਓਰੀਜਨਲ ਫਿਟਿੰਗ ਜਿਹੜੀ ਲੱਗੀ ਹੋਈ ਆ। ਆਹ ਲਓ, ਦਿੰਦੇ ਹਾਂ ਪਹਿਲੇ ਹਾਈ 'ਚ ਪਹਿਲਾਂ ਗੇੜਾ, ਠੀਕ ਆ। ਪੰਜ ਮਿੰਟ ਬਸ। ਪਹਿਲਾ ਹਾਈ ਆ ਆਪਾਂ 1800 RPM 'ਤੇ ਟਿਕਟ ਚਲਾਵਾਂਗੇ। ਪਹਿਲਾ ਹਾਈ ਆ, ਡਿਸਪੈਂਸਰ ਲੋਕ ਵੀ ਲਾਤਾ ਆਪਾਂ। ਪਹਿਲੇ ਹਾਈ ਦੇ ਵਿੱਚ ਬਿਲਕੁਲ ਟਰੈਕਟਰ ਜਿਹੜਾ ਵਾ ਉਹ RPM ਨਹੀਂ ਤੋੜ ਰਿਹਾ, 0 RPM ਡਰੋਪਿੰਗ ਆ ਰਹੀ ਹੈ ਆਪਾਂ ਦੇਖ ਸਕਦੇ ਹਾਂ। ਔਰ ਬਿਲਕੁਲ ਨੋਰਮਲ RPM ਦੇ ਟਰੈਕਟਰ ਚਲਾਉਣ ਡਏ ਆਪਾਂ, ਠੀਕ ਆ। ਔਰ ਬਿਨਾਂ ਸਮੋਕ ਪਾਵਰ ਆ ਟਰੈਕਟਰ ਦੀ,
1200 ਆਰਪੀਐਮ ਤੇ ਹੀ ਟਰੈਕਟਰ ਚਲਾ ਰਹੇ ਆਪਾਂ। ਪਹਿਲੇ ਹਾਈ 'ਚ ਟਰੈਕਟਰ ਨੂੰ ਨਹੀਂ ਪਤਾ ਕੋਈ ਬੰਦ ਹੋਣ ਤੱਕ ਦਾ ਵੀ ਆਰਪੀਐਮ ਦਾ ਨਹੀਂ ਪਤਾ ਕਿੰਨੇ ਤੋੜ ਰਿਹਾ, ਸਿਰਫ 100-50 ਆਰਪੀਐਮ ਤੋੜ ਰਿਹਾ ਟਰੈਕਟਰ, ਖੜ ਕੇ ਚਲੀ ਜਾ ਰਿਹਾ ਆਪਾਂ ਦੇਖ ਸਕਦੇ ਹਾਂ। ਠੀਕ ਆ, ਆਪਾਂ ਹੀਟ ਵੀ ਵਿਖਾਵਾਂਗੇ ਕਿੰਨਾ ਹੋ ਰਿਹਾ। ਹੁਣ ਆਪਾਂ ਇੱਥੇ ਹੀ ਚੌਥਾ ਲੋ ਲਾਵਾਂਗੇ, ਬਿਨਾਂ ਸਮੋਕ ਪਾਵਰ ਆ। ਚੌਥਾ ਲੋ ਆ, ਅਜੇ ਕੇ ਟਰੈਕਟਰ ਨੂੰ ਵੇਟ ਵੀ ਲੱਗੇ ਹੋਏ ਆ, ਉਹਦੇ ਬਾਵਜੂਦ ਵੀ ਟਾਇਰਾਂ ਦੀ ਸਲਿਪਿੰਗ ਚੌਥਾ ਲੋ 1800-2000 ਆਰ ਪੀ ਐਮ ਦੇ ਰੇਟ ਚੱਲ ਰਿਹਾ ਹੈਗਾ ਜੀ। ਥੋੜ੍ਹਾ ਜਿਹਾ ਘੱਟ ਕਰਕੇ ਦੂਜਾ ਹੀ ਲਵਾਂਗੇ, ਮਤਲਬ ਬਣਦਾ ਨਹੀਂ ਹੈਗਾ ਪਰ ਟਰਾਈ ਲੈਣ ਵਾਸਤੇ ਸਿਰਫ। ਆਰਪੀਐਮ 1800-2000 ਹੀ ਰੱਖਾਂਗੇ ਆਪਾਂ।
ਉੱਥੇ ਹੀ ਆਪਾਂ ਦੂਜਾ ਗੇਰ ਲਵਾਂਗੇ। ਹੁਣ ਇਸ ਟਾਈਮ ਦੂਜਾ ਹੈ ਆ, ਦੂਜੇ ਹਾਈ ਦੇ ਵਿੱਚ ਵੀ ਟਰੈਕਟਰ ਜਿਹੜਾ ਵਾ ਆ ਰਿਹਾ ਵਾ। ਪਹਿਲਾਂ ਇਸ ਟਾਈਮ ਪਹਿਲਾਂ ਗੇਰ ਇੱਥੇ ਲਾ ਲਾਂਗੇ, ਦੂਜਾ ਆਰਪੀਐਮ ਤੇ ਟਰੈਕਟਰ ਚੱਲ ਰਿਹਾ ਵਾ, ਪਰ ਦੂਜਾ ਹਾਈ ਨੋਰਮਲ ਵਾਈ ਕਰੇਗਾ ਟਰੈਕਟਰ। ਪਰ ਆਪਾਂ ਹਜੇ ਵੀ ਲੋੜ ਤੋਂ ਵੱਧ ਲਾ ਲਾਈਆਂ ਦੇਖ ਸਕਦੇ ਹਾਂ, ਟਰੈਕਟਰ ਦੀ ਸਪੀਡ ਨੂੰ ਦੇਖ ਸਕਦੇ ਹਾਂ। ਠੀਕ ਆ, ਥੱਲੇ ਹੋ ਗਿਆ, ਚੜੋ ਹੁਣ ਤੇਲ ਲਾ ਦੇ, ਭਲਾ ਇੱਧਰ ਚੜ ਇੱਥੇ। ਕੀਤੇ ਚੜ ਜਾ ਉੱਤੇ,
ਇੱਧਰ ਚੜ ਜਾ। ਚੜ ਜਾ ਪੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀਟ ਚੈੱਕ ਕਰਾਉਂਦੇ ਆ ਕਿ ਟਰੈਕਟਰ ਹੀਟ ਕਿੰਨੀ ਲੈ ਰਿਹਾ, ਕਿੰਨਾ ਟੈਂਪਰੇਚਰ ਲੈ ਰਿਹਾ ਵਾ। ਆ ਜਾਓ ਸਰ, ਆਪਾਂ ਗਰਮ ਵੇਖ ਸਕਦੇ ਵੀ ਟਰੈਕਟਰ ਕਿੰਨਾ ਆਇਆ ਵਾ। ਇੱਦਾਂ ਟਰੈਕਟਰ ਖੇਤ 'ਚ ਵਾਹੁਣਾ ਨਹੀਂ ਹੁੰਦਾ, ਪਰ ਫਿਰ ਵੀ ਆਪਾਂ ਨੂੰ ਟੈਂਪਰੇਚਰ ਕਿੰਨਾ ਵਾ ਆਪਾਂ ਨੂੰ ਵੀਡੀਓ 'ਚ ਵੇਖਣ ਨੂੰ ਮਿਲ ਰਿਹਾ ਵਾ। ਫੜੋ ਫੋਰਮੈਨ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਟਰੈਕਟਰ ਓਵਰ ਹੀਟ ਤਾਂ ਨਹੀਂ ਹੋਇਆ? ਨਹੀਂ, ਜਮਾਂ ਵੀ ਨਹੀਂ ਹੋਇਆ। ਔਰ ਦੂਜੀ ਗੱਲ, ਆਪਾਂ ਕਿੰਨੇ ਆਰ ਪੀ ਐਮ 'ਤੇ ਟਰੈਕਟਰ ਚਲਾਇਆ? 1800 'ਤੇ ਚਲਾਇਆ, 2000 'ਤੇ ਚਲਾਇਆ। ਇਹ ਤੋਂ ਵੱਧ ਤਾਂ ਨਹੀਂ ਚਲਾਇਆ? 1800-2000 ਆਰ ਪੀ ਐਮ 'ਤੇ ਟਰੈਕਟਰ ਚਲਾਇਆ ਵਾ। ਔਰ ਦੂਸਰੀ ਗੱਲ, ਕਿੰਨੇ ਆਰ ਪੀ ਐਮ ਡਰੋਪ ਕਰ ਰਿਹਾ? ਪਹਿਲੇ 'ਚ ਕਿੰਨੇ ਕਰਦਾ? ਪਹਿਲੇ 'ਚ ਤਾਂ ਅਸੀਂ 50 ਕੁ ਕਰਦਾ। ਠੀਕ ਆ ਜੀ, ਚੌਥੇ ਲੋਅ 'ਚ? ਚੌਥੇ ਲੋਅ 'ਚ 100 ਕਰਦਾ। ਠੀਕ ਆ ਜੀ, ਅਤੇ ਦੂਜਾ ਹਾਈ ਵੀ ਲਾਇਆ ਸੀ? ਦੂਜੇ ਹਾਈ 'ਚ 200 ਕਰਦਾ। ਦੂਜੀ ਹਾਈ 'ਚ ਨੋਰਮਲ ਵਾਹ ਸਕਦੇ ਹਾਂ ਆਪਾਂ। ਠੀਕ ਆ ਜੀ, ਬਾਕੀ ਤੁਹਾਡਾ ਆਪਣਾ ਚੈਨਲ ਆ ਜੱਗਾ ਟਰੈਕਟਰ ਬੌਸ ਅਤੇ ਜੱਗਾ ਟਰੈਕਟਰ ਬਲੌਗ, ਨਿੱਤ ਨਵੀਆਂ ਵੀਡੀਓ ਵੇਖਣ ਲਈ ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ।
ਤਾਂ ਪਾਣੀ ਚੱਕ ਲੈ ਕਰੀ ਪਾਣੀ ਕਿੱਦਾਂ ਚੱਕ ਲੈ Judy.